ਇੱਕ ਹੋਰ ਖਬਰ ਇਸੇ ਤਰ੍ਹਾਂ ਦੀ ਤੋਂ ਅੱਤ ਤੱਕ ਪਹੁੰਚਾ ਦਨਿਆ ਜਿੱਥੇ ਕੀ ਹਿਮਾਚਲ ਦੇ ਜ਼ਿਲ੍ਹਾ ਮੰਡੀ ਦੇ ਵਿੱਚ ਵੀ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਸੰਕੜੇ ਕੇਸ ਉੱਥੋਂ ਸਾਹਮਣੇ ਆ ਰਹੇ ਨੇ ਸੋ ਇਸ ਦੌਰਾਨ ਤੁਹਾਨੂੰ ਦੱਸ ਦਨਿਆ ਜਦੋਂ ਮੰਡੀ ਦੇ ਵਿੱਚ ਜਾਂਚ ਕੀਤੀ ਜਾਂਦੀ ਹੈ ਤਾਂ 106 ਕਰੋਨਾ ਦੇ ਕੇਸ ਸਾਹਮਣੇ ਆਉਂਦੇ ਨੇ ਤੇ ਜਿਸ ਤੋਂ ਬਾਅਦ ਐਸਐਮਓ ਡਾਕਟਰ ਦਵਿੰਦਰ ਕੁਮਾਰ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਨ ਤੋਂ ਬਾਅਦ ਅਪੀਲ ਲੋਕਾਂ ਨੂੰ ਕੀਤੀ ਹੈ ਕਿ ਤੁਸੀਂ ਸੁਚੇਤ ਹੋ ਜਾਓ ਸੇਤ ਰਕਤਿਆਨ ਰੱਖੋ ਜੋ ਅਧਿਕਾਰੀਆਂ ਦੇ ਵੱਲੋਂ ਨਿਯਮ ਜਾਰੀ ਕੀਤੇ ਹੋਏ ਨੇ ਹਦਾਇਤਾਂ ਜਾਰੀ ਨੇ ਉਹਨਾਂ ਦੀ ਸਖਤ ਤੋਂ ਸਖਤ ਪਾਲਣਾ ਕੀਤੀ ਜਾਵੇ ਤੇ ਨਾਲ ਲੱਗਦੀ ਜਦੋਂ ਸੰਕੜੇ ਕੇਸ ਸਾਹਮਣੇ ਆਉਂਦੇ ਨੇ ਕਰੋਨਾ ਦੇ ਨਵੇਂ ਮਾਮਲੇ ਤਾਂ ਸੈਂਪਲਿੰਗ ਵੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਹੋਰ ਲੋਕਾਂ ਦੇ ਵੀ ਟੈਸਟ ਕੀਤੇ ਜਾਂਦੇ ਨੇ ਸੈਂਪਲਿੰਗ ਦੀ ਰਫ਼ਤਾਰ ਵਧਾ ਦਿੱਤੀ ਜਾਂਦੀ ਹੈ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਮੰਡੀਆ ਜਿੱਥੇ ਕੀ 106 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਜੋ ਲੋਕ ਇਨਾਂ ਦੇ ਸੰਪਰਕ ਚ ਆਏ ਨੇ ਪੋਜ਼ਿਟਿਵ ਵਿਅਕਤੀਆਂ ਦੇ ਉਹਨਾਂ ਦੇ ਵੀ ਟੈਸਟ ਕੀਤੇ ਜਾ ਰਹੇ ਨੇ ਸੈਂਪਲਿੰਗ ਵੀ ਵਧਾ ਦਿੰਦੀ ਹੈ ਟੈਸਟਿੰਗ ਤੇਜ਼ ਕਰ ਦਿੰਦੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੇ ਜੋ ਨਿਯਮ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤੇ ਜਿਹੜੇ ਲੋਕਾਂ ਦੇ ਵੈਕਸੀਨ ਨਹੀਂ ਲੱਗੀ ਉਹ ਪਹਿਲ ਦੇ ਆਧਾਰ ਤੇ ਵੈਕਸੀਨ ਲਗਵਾਉਣ ਕਿਉਂਕਿ ਵੈਕਸੀਨ ਬਹੁਤ ਤੋੜ ਹੈ ਕਰੋਨਾ ਦਾ